ਭਾਰਤੀ ਜਨਤਾ ਪਾਰਟੀ ਲੁਧਿਆਣਾ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਉੱਤੇ ਗਾਂਧੀ ਸੰਕਲਪ ਯਾਤਰਾ ਕੱਢੀ ਗਈ, ਜਿਸ ਵਿੱਚ ਮੁੱਖ ਤੌਰ ਉੱਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸ਼ਾਮਲ ਹੋਏ। ਇਸ ਮੌਕੇ ਉਹਨਾਂ ਵੱਲੋਂ ਰਾਜੋਆਣਾ ਦੀ ਸਜ਼ਾ ਅਤੇ ਅੱਤਵਾਦੀ ਫੰਡਿੰਗ ਨਾਲ ਜੁੜੇ ਤਾਜ਼ਾ ਮਾਮਲੇ ਉੱਤੇ ਗੱਲ ਕੀਤੀ ਗਈ। ਮਹਾਤਮਾ ਗਾਂਧੀ ਜੀ ਦੀ ਸਮ੍ਰਿਤੀ 'ਚ ਪਦ ਯਾਤਰਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 33 ਜ਼ਿਲ੍ਹਿਆਂ ਦੇ ਵਿੱਚ ਕੱਢੀ ਜਾ ਰਹੀ ਹੈ। ਉਹਦੇ ਲੁਧਿਆਣੇ ਦੇ ਵਿੱਚ ਕੇਂਦਰੀ ਵਿਧਾਨ ਸਭਾ ਖੇਤਰ 'ਚ ਮੇਰੇ ਨਾਲ ਗੁਰਦੇਵ ਸ਼ਰਮਾ ਜੀ, ਪ੍ਰਵੀਨ ਬਾਂਸਲ ਜੀ, ਜੀਵਨ ਗੁਪਤਾ ਜੀ, ਜਤਿੰਦਰ ਮਿੱਤਲ ਜੀ ਔਰ ਪ੍ਰਮੁੱਖ ਕਾਰਜਕਰਤਾ ਅੱਜ ਇਕੱਠੇ ਹੋਏ ਨੇ। ਔਰ ਜੋ ਗਾਂਧੀ ਜੀ ਦਾ ਸੰਦੇਸ਼ ਸੀਗਾ ਕਿ ਭੇਦਭਾਵ ਦੇ ਖਿਲਾਫ ਉਹਨਾਂ ਨੇ ਸਾਰੀ ਉਮਰ ਲੜਾਈ ਲੜੀ, ਦਕਸ਼ਣੀ ਅਫਰੀਕਾ ਹੀ ਸੀਗੇ ਅਤੇ ਗੋਰਿਆਂ ਅਤੇ ਕਾਲਿਆਂ ਦੇ ਵਿੱਚ ਇੱਕ ਬੜਾ ਵੱਡਾ ਭੇਦਭਾਵ ਕੀਤਾ ਜਾਂਦਾ ਸੀ। ਕਾਲਿਆਂ ਨੂੰ ਟ੍ਰੇਨ 'ਚ ਨਹੀਂ ਸੀ ਚੜ੍ਹਨ ਦਿੱਤਾ ਜਾਂਦਾ, ਗੋਰਿਆਂ ਤੋਂ ਅਲੱਗ ਰੱਖਿਆ ਜਾਂਦਾ ਸੀ। ਉੱਥੋਂ ਉਹਨਾਂ ਦਾ ਸੰਘਰਸ਼ ਜੀਵਨ ਸ਼ੁਰੂ ਹੋਇਆ। ਫਿਰ ਉਹ ਭਾਰਤ ਆਏ ਔਰ ਭਾਰਤ ਆ ਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਸੰਘਰਸ਼ ਉਹਨਾਂ ਨੇ ਛੇੜਿਆ ਔਰ ਸ਼ਾਂਤੀ ਦਾ ਸੰਦੇਸ਼ ਦਿੱਤਾ, ਸਦਭਾਵ ਦਾ ਸੰਦੇਸ਼ ਦਿੱਤਾ ਔਰ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ। ਜੋ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਦੇਸ਼ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ, ਧਾਰਾ 370 ਹਟਾ ਕੇ ਉਹਨਾਂ ਨੇ ਦੇਸ਼ 'ਚ ਏਕਤਾ ਕੀਤੀ ਹੈ ਕਿ ਹੁਣ ਕਸ਼ਮੀਰ ਵੀ ਭਾਰਤ ਦਾ ਅੰਗ ਹੈ ਪੂਰੀ ਤਰ੍ਹਾਂ ਨਾਲ। ਔਰ ਇਸੇ ਤਰ੍ਹਾਂ ਮਹਿਲਾਵਾਂ ਦੇ ਲਈ ਉਹ ਕਹਿੰਦੇ ਸੀ ਕਿ ਸਨਮਾਨ ਹੋਣਾ ਚਾਹੀਦਾ। ਅੱਜ ਜਿਹੜੀ ਧਾਰਾ 370 ਹਟਾਈ ਹੈ ਸਰਕਾਰ ਨੇ, ਮਹਿਲਾਵਾਂ ਨੂੰ ਸਨਮਾਨ ਮਿਲਿਆ। ਸੋ ਮੋਦੀ ਜੀ ਨੇ ਸਹੀ ਮਾਇਨਿਆਂ ਦੇ ਵਿੱਚ ਮਹਾਤਮਾ ਗਾਂਧੀ ਜੀ ਦੀ ਸ਼ਿਕਸ਼ਾਵਾਂ ਨੂੰ ਅਤੇ ਅਮਲ ਕੀਤਾ। ਮੈਂ ਸਮਝਦਾ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਰਲ ਕੇ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨਾ ਚਾਹੀਦਾ ਔਰ ਉਹ ਏਜੰਸੀਆਂ ਜਿਹੜੀਆਂ ਸਾਡੀ ਫੌਜ ਹੈ ਜਾਂ ਪੈਰਾਮਿਲਟਰੀ ਫੋਰਸਿਸ ਹੈ ਉਹ ਬੜੀ ਜ਼ਿੰਮੇਵਾਰੀ ਨਾਲ ਆਪਣੀ ਜਿਹੜਾ ਫਰਜ਼ ਹੈ ਉਹ ਨਿਭਾ ਰਹੀ। ਮੈਂ ਸਮਝਦਾ ਵਾਂ ਕਿ ਉਹ ਆਲਰੇਡੀ ਆਪਣੇ ਸਜ਼ਾ ਪੂਰੀ ਕਰ ਚੁੱਕੇ ਸੀਗੇ। ਸੋ ਇਹਦੇ ਵਿੱਚ ਜੋ ਇੱਕ ਉਹ ਸੂਚੀ ਬਣੀ ਸੀ ਜਿਹੜੇ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜੇ ਰਿਲੀਫ ਦਿੱਤਾ ਤਾਂ ਉਹਦੇ 'ਚ ਕੋਈ ਬੁਰਾਈ ਨਹੀਂ।